गाइस की हाल चाल है सारिआं दा ते वेलकम टू माई बैक यूट्यूब चैनल। ते अज आपां की करांगे कुछ सोचदे आ नहीं एक गल आ उरे 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 रमन किथे आ गाइस रज्जी भी अपने कोल ही आ। मैनूं बड़े वधिया लगदे आ मजाक च देखणे। अच्छा रमन ना कुछ करिए इदां दा धमाके दा रमन ना मैं कहना कुछ प्रैंक कर दिंदे अज किवें दा की प्रैंक करना ਆਪਾਂ ਕਹਿੰਦੇ ਆ ਕਿ ਭਾਜੀ ਬਾਹਰੋਂ ਆ ਗਏ ਆਪਾਂ ਨੂੰ ਕਰਨਾ ਹੀ ਨਹੀਂ ਆਉਂਦਾ ਐਕਟਿੰਗ ਜੀ ਨਹੀਂ ਆਉਣੀ ਚੱਲ ਵੇਖਾਂਗੇ ਸਕਸੈਸਫੁਲ ਹੁੰਦਾ ਕਿ ਨਹੀਂ ਹਨਾ। ਹਾਂ ਕਰਕੇ ਦੇਖਦੇ ਹਾਂ। ਚੱਲ ਬੂਆ ਲਾ ਗਿਆ ਬੂਆ ਲਾ ਗਿਆ ਭਾਜ ਲੱਜੀ ਗਈ ਦਰਵਾਜ਼ਾ ਲਾਉਣ ਉਰੇ ਆ ਜਿਸ ਕਰਨ ਵੀ ਨਾਲ ਹੀ ਬੈਠਾ ਜਿਸ ਕਰਨ ਨੂੰ ਪੁੱਛਦੇ ਕੀ ਇਹ ਸਹੀ ਸੋਚਿਆ ਜਿਸ ਕਰਨ ਬਈ ਮੈਂ ਕਿਹਾ ਰਮਨ ਨਾਲ ਪ੍ਰੈਂਕ ਕਰਨਾ ਵਾ ਕਹਿਣਾ ਭਾਜੀ ਬਾਹਰੋਂ ਆ ਗਏ ਆ ਸਕਸੈਸਫੁਲ ਹੋ ਜੂਗਾ। ਹਾਂ ਹੋ ਜਾਣਾ। ਕੀ ਕਵਾਂਗੇ ਦੱਸ ਉਹਨੇ ਮੰਨਣਾ ਵੀ ਉਹਨੇ ਕਹਿਣਾ ਉਹਨੇ ਕਹਿਣਾ ਨਹੀਂ ਕੋਈ ਨਹੀਂ ਆਇਆ ਮੈਨੂੰ ਨਹੀਂ ਦੱਸਿਆ ਉਹਨੇ ਕਿੱਦਾਂ ਮੰਨਿਆ ਉਹ ਕਿਵੇਂ ਫੋਨ ਆਇਆ ਕਿਵੇਂ ਫੋਨ ਆਇਆ ਆਪਾਂ ਗਾਈਸ ਇੱਦਾਂ ਕਵਾਂਗੇ ਉਹਨੂੰ ਕਿ ਤੈਨੂੰ ਸਰਪ੍ਰਾਈਜ਼ ਦੇਣਾ ਸੀਗਾ ਅਸੀਂ ਤੈਨੂੰ ਤਾਂ ਦੱਸਿਆ ਕਿ ਤਿਆਰੀ ਤਿਊਰੀ ਕਰ ਲਾ ਆਪਦੀ ਹੁਣ ਚਲੋ ਠੀਕ ਹੈ ਰੁਕ ਜਾ ਰੁਕ ਜਾ ਇੱਦਾਂ ਨਾ ਇੱਦਾਂ ਵੀਡੀਓ ਦਾ ਉਹਨੂੰ ਪਤਾ ਲੱਗ ਗਿਆ ਨਾ ਵੀਡੀਓ ਬਣਦੀ ਪਈ ਆ ਤੂੰ ਫਿਰ ਕੀ ਹੋ ਗਿਆ ਉਹਨੂੰ ਬੜਾ ਪਤਾ ਆਪਾਂ ਉਸ ਤਰੀਕੇ ਨਾਲ ਕਰਾਂਗੇ ਨਾ ਉਹਨੂੰ ਬਹੁਤ ਪਤਾ ਲੱਗਣਾ ਵੈਸੇ ਵਾਕਈ ਸਹੀ ਗੱਲ ਆ ਨਹੀਂ ਮਤਲਬ ਆਪਾਂ ਉਸ ਤਰੀਕੇ ਨਾਲ ਵੀਡੀਓ ਬਣਾਉਣੀ ਨਾ ਮਤਲਬ ਪਤਾ ਚੱਲ ਲੱਗ ਜਵੇ ਕਵਰ ਕਰ ਲਾਂਗੇ ਆਇਆ ਹੇ ਤੇ ਮੈਂ ਵੈਸੇ ਵੀਡੀਓ ਬਣਾਉਣਾ ਪਿਆ ਹਾਂ ਜੀ ਆਪਾਂ ਕੈਮਰਾ ਫੜਾਤਾ ਜਿਸ ਕਰਨ ਨੂੰ ਵਧੀਆ ਕਵਰ ਕਰੇ ਠੀਕ ਆ वैसे ही मैं वैसे शूट करता सच्ची आउंदे पए आ तू मेरी गल सुन ला मैं तू जो कहना पे ना गल सच आ भाजी ने मेनु फोन करके कहा कि लाव अहीं इधर इन तेरे को मतलब आन लगे हां कि मतलब ना रमन नु ना दस्यो अहीं ते तेनु वैसे दस दे पे हां कि चल तू आदा सारा कपड़े एक एक चीज आदे जो भी करना कर ले। हां ता सरप्राइज देना उन्होंने अहीं सानू पता ना मतलब तू शॉपिंग नहीं कीती होई ता अहीं क्या चल दस दगे स्पेशल मैं तेनु ना पता क्या दस मैं ना रजी ना आया मैं सच्ची कह रहा मैं बैठ के बैठा मैं कह रजी चल दस दे कि ना नहीं नहीं मजाक थोड़ी वैसे बनाना पिया वैसे बना ਉਹ ਮੇਰੀ ਗੱਲ ਸੁਣ ਇਹ ਟੈਨਸ਼ਨ ਆ ਸਾਰੇ ਪ੍ਰੈਸ ਹੋਣ ਵਾਲੇ ਯਾਰ ਉਹ ਤੁਰ ਪਿਆ ਇਹ ਵੀ ਗੱਲ ਮੈਂ ਤੁਹਾਨੂੰ ਦੱਸਦਾ ਘਰੋਂ ਤੁਰ ਪਿਆ ਆਪਦੇ ਤੇ ਉਹਨਾਂ ਨੇ ਤੈਨੂੰ ਲੈ ਨਹੀਂ ਆਉਣਾ ਬੈਗ ਬੁੱਕ ਪੈਕ ਕਰ ਲਓ ਆ ਸਾਰੇ ਕੱਪੜੇ ਪ੍ਰੈਸ ਹੋਣ ਵਾਲੇ ਮੇਰੇ ਜਿੰਨੇ ਵੀ ਆ
ਮੈਂ ਕਰਾ ਤੂੰ ਨਾਲ ਫਿਰ ਹਾਂ ਯਾਰ ਕੁੜੀ ਨੇ ਛੁੱਟਦਾ ਨਹੀਂ ਸੱਤਿਆ ਹੋਇਆ ਸਾਰਾ ਸਮਾਨ ਓਏ ਯਾਰ ਕੀ ਯਾਰ ਕਿਤੇ ਬੰਦ ਵੀ ਕਿਉਂ ਨਹੀਂ ਆ ਜਦ ਇਹਨੂੰ ਸੱਚ ਦੱਸੀਏ ਫਿਰ ਵੀ ਨਹੀਂ ਮੰਨਦੀ ਕਦੋਂ ਆਣਾ ਇਹ ਦੱਸ ਆ ਜੋ ਦੇ ਪੈ ਤੋਤੇ ਆ ਉਤੋਂ ਤੈਨੂੰ ਅੱਗੇ ਕਦੀ ਕੁਛ ਨਹੀਂ ਕਿਹਾ ਵਾ ਓਏ ਹੁਣ ਕਿੰਨੇ ਵਜੇ ਆਉਣਾ ਉਹ ਬਸ ਉਹ 2 ਘੰਟਿਆਂ ਦਾ ਰਾਸਤਾ ਵਾ ਜਲੰਧਰ ਤੋਂ ਆਉਣਾ 2 ਤੱਕ 2.5 ਘੰਟੇ ਚ ਪਹੁੰਚ ਜਾਣਾ ਮੈਂ ਹੁਣ ਸੂਟ ਕਿਹੜਾ ਪਾਵਾਂ ਤੇ ਕੋਈ ਸਮਝ ਨਹੀਂ ਆਉਣ ਦੀ ਐਡੀ ਛੇਤੀ ਅੱਜ ਇੱਕ ਮੈਂ ਫੋਨ ਲਾ ਕੇ ਪੁੱਛਦੀ ਆ ਰੁਕ ਜਾ ਓਹ ਮੇਰੇ ਅਸਰ ਇੱਕ ਮਿੰਟ ਉੱਥੇ ਜਾ ਰੁਕ ਜਾ ਭਾਜੀ ਮੈਨੂੰ ਦੱਸੇਗੀ ਭਾਜੀ ਨੇ ਉਹਨੇ ਕਹਿਣਾ ਕਿ ਲਾਪਰੀ ਨੇ ਸਪਾਈਸ ਦੱਸਤਾ ਓ ਥੋੜੀ ਗੱਲ ਆ ਯਾਰ ਐਦਾ ਚੰਗਾ ਨਹੀਂ ਲੱਗਦਾ ਐਦਾ ਇਹ ਕੀ ਮਤਲਬ ਓਏ ਐਦਾ ਮੈਨੂੰ ਪਤਾ ਕਿ ਲੱਗੂ ਤੁਸੀਂ ਝੂਠ ਨਾ ਬੋਲਦੇ ਹੋ ਮੈਨੂੰ ਤੁਹਾਡੇ ਤੇ ਕੋਈ ਇਤਬਾਰ ਨਹੀਂ ਯਾਰ ਮੇਰੀ ਗੱਲ ਸੁਣ ਮੈਂ ਤੈਨੂੰ ਝੂਠ ਬੋਲਦਾ ਆ ਬੋਲ ਨਹੀਂ ਜਾਂਦਾ ਪਿਆ ਮੈਂ ਇਹ ਬਣਾਉਣਾ ਮੈਂ ਭਾਜੀ ਨੇ ਕਹੇਗਾ ਕਿ ਪਲਾ ਕਿ ਦੱਸਿਓ ਨਾ ਹਰ ਐਦਾ ਤਾਂ ਮਤਲਬ ਮੇਰੀ ਗੱਲ ਸੁਣ ਚਲ ਮੈਂ ਝੂਠ ਬੋਲਦਾ ਆ ਤੈਨੂੰ ਝੂਠ ਬੋਲਦੀ ਕਦੀ ਇੱਕ ਵਾਰ ਪਾਸੇ ਮੈਸੇਜ ਕਰਲਾ ਕਰ ਦਿੰਨੀ ਮੈਂ ਉਹਦਾ ਪੁੱਛੂਗੀ ਤੁਸੀਂ ਕਦੋਂ ਆਉਣਾ ਮੈਂ ਗੱਲਾਂ ਹੀ ਸਟਾਰ ਕਿ ਨਾ ਉਸ ਨਾਲ ਬਣਾ ਪੁੱਛੂਗੀ ਜੇ ਮੈਸੇਜ ਕਰ ਲਾਪੀ ਨਾ ਇਹ ਤਾਂ ਉਹ ਸਾਡਾ ਜਰੂਰ ਨਿਕਲ ਜਾਣਾ ਵਾ ਐਦਾਂ ਇਹ ਕਰਨਾ ਕੀ ਆ ਤੂੰ ਕੀ ਇਹਦੇ ਵਿੱਚ ਕੀ ਤੇਰੀ ਪ੍ਰੋਬਲਮ ਆ ਅੰਨੇ ਕੱਪੜੇ ਮੇਰੇ ਜੋੜਨ ਵਾਲੇ ਸਾਰੇ ਪੈਕਿੰਗ ਹੋ ਰਹੇ ਸਾਰੇ ਸਹੀ ਆ ਓਏ ਕੱਪੜਿਆਂ ਦੀ ਕੋਈ ਨਹੀਂ ਚੱਚੀ ਲਿਆ ਕੇ ਹੁਣੇ ਤੇਰੇ ਘਰ ਜਾ ਲੈ ਕੇ ਆ ਚੱਲ ਹਾਏ ਵੀਰੇ ਉਹ ਕੀ ਕਹੀ ਆ ਮੈਂ ਤੈਨੂੰ ਦੱਸਿਆ ਮੈਂ ਕਿਹਾ ਸਰਪ੍ਰਾਈਜ਼ ਦੇ ਨਾ ਮੈਂ ਕਿਹਾ ਬੰਦਾ ਤਿਆਰ ਮੈਨੂੰ ਐਵੇਂ ਦੇ ਸਰਪ੍ਰਾਈਜ਼ ਨਹੀਂ ਅਗਲੇ ਤੇ ਯਾਰ ਦੇ ਘਰ ਆਉਣੇ ਹੋਣਾ ਮੈਂ ਭਾਜੀ ਨੇ ਆਉਣਾ ਮੈਂ ਕਿਹਾ ਜਾਣਾ ਵੇਖੀ ਅੱਜ ਦਾ ਕੋਈ ਸਰਪ੍ਰਾਈਜ਼ ਹੁੰਦਾ ਕੋਈ ਤੇਰੇ ਨਾਲ ਪੈਕਿੰਗ ਕਰਾ ਦਨੇ ਅੱਜ ਹੀ ਜਿਮ ਨਹੀਂ ਜਾਂਦੇ ਬਸ ਹਣਾ ਰੱਜੀ ਮੈਨੂੰ ਪਤਾ ਨਹੀਂ ਰੱਜੀ ਕਿੰਨਾ ਪੁੱਛਦੀ ਓਏ ਯਾਰ ਦੇਖ ਤੈਨੂੰ ਇਹ ਪੈਕਿੰਗ ਕਰਾ ਦਨੇ ਅੱਜ ਹੀ ਜਿਮ ਨਹੀਂ ਜਾਂਦੇ ਪੈਕਿੰਗ ਦੀ ਤੇ ਗੱਲ ਨਹੀਂ ਆ ਬੜਾ ਕੁਝ ਖਰੀਦਣਾ ਮੇਰਾ ਵੀਰੇ ਕੀ ਖਰੀਦਣਾ ਵਾ ਤੇਰਾ ਮੇਰੇ ਹਜੇ ਨਾਲ ਸੂਟ ਚਾਹੀਦੇ ਮੈਨੂੰ ਘਰ ਪਾਉਣ ਵਾਲੇ ਸੂਟ ਚਾਹੀਦੇ ਮੇਰੇ ਘਰ ਯਾਰ ਉਤੋਂ ਜਲੰਧਰੋਂ ਸਭ ਤੋਂ ਮਿਲਦਾ ਯਾਰ ਲੈ ਲਈ ਉਹ ਹਾਂ ਦੇਖ ਇਹ ਗੇ ਕੁਝ ਵੀ ਨਹੀਂ ਆ ਰਿਹਾ ਆ ਵੇ ਕਿੰਨਾ ਖਲਾਰਾ ਆ ਕੀ ਰੱਜੀ ਤੂੰ ਹੋਰ ਖਲਾਰੀ ਜਾਂਦੀ ਆ ਕਿ ਸਾਰੇ ਜੋੜਨ ਮੇਰੀ ਗੱਲ ਸੁਣਾ ਬਹੁਤ ਜਲਦੀ ਆ ਕਿੰਨਾ ਪਾਵਾਂ ਸੂਟ ਜਲਦੀ ਬੋਲ ਮੈਨੂੰ ਨਹੀਂ ਪਤਾ ਰੱਜੀ ਤੂੰ ਸਾਰੇ ਕੱਪੜੇ ਜੋੜ ਕੇ ਪ੍ਰੈਸ ਕੀਤੇ ਹੋਣੇ ਚਾਹੀਦੇ ਮੈਨੂੰ ਮੈਨੂੰ ਕੋਈ ਸੂਟ ਦੇ ਮੈਂ ਪਾ ਕੇ ਆਵਾਂ ਜਲਦੀ ਦੇ ਸੂਟ ਕਿਹੜਾ ਪਾਉਣਾ ਮੈਨੂੰ ਜੀ ਮੈਂ ਹਜੇ ਤਿਆਰ ਨਹੀਂ ਹਾਂ 2 ਘੰਟੇ ਤਾਂ ਪੈ ਹੀ ਗਏ ਨਾ ਰੱਜੀ ਡੈਡੀ ਡੈਡੀ ਕੱਲ ਦਾ ਸਿਰ ਵੀ ਮੇਰਾ ਤੋਂ ਆਉਣਾ ਮੈਂ ਕਦੋਂ ਨਾ ਜਲਦੀ ਦੇ ਉਹ ਡੈਡੀ ਨੂੰ ਕਹਿ ਸਾਰਾ ਕੁਝ ਲੈ ਆ ਉਹ ਫੋਨ ਕਰ ਦੇ ਹਾਂ ਹਾਂ ਡੈਡੀ ਕਹਿ ਮੇਰੀ ਗੱਲ ਸੁਣ ਰੈੱਡ ਸੂਟ ਲੈ ਕੇ ਆ ਕੂਲ ਡਾਊਨ ਹੋ ਰੁਕ ਜਾ ਇਹਨਾਂ ਆ ਫੜ ਦੇ ਮੈਂ ਫੜ ਨਾ ਰੱਜੀ ਚਾਹੀਦਾ ਤਰਾ ਦੇ ਆ ਕੀ ਖਾ ਮੈਂ ਕਦੋਂ ਪਾ ਕੇ सच्ची मन की पता लगू हजे ए भी आ सही आ के मेरी गल ते वैसे नहीं यकीन कर दंदी एदी ते कर लिया इनू नार ला लिया आपा रज्जी नू चल वेखदे हुण की बन जांदा ਨੋ ਐਡੀ ਛੇਤੀ ਥੋੜੀ ਆ ਗਈ ਚੁੱਪ ਕਰ ਕੈਮਰਾ ਬੰਦ ਕਰ ਦੇ ਪਰ ਇੱਕ ਨਾ ਯੂਮ ਦੇ ਉੱਤੇ ਆਇਆ ਇੱਕ ਮਾਈ ਕਰਦਾ ਕੱਕ ਮੜਾ ਪਿੱਛੇ ਹੋ ਕੇ ਕੈਮਰਾ ਕਰਿਆ ਕਰ ਉਹਨੂੰ ਵੈਸੇ ਪਤਾ ਨਾ ਲੱਗੇ ਹੁਣ ਬਸ ਮੇਰੇ ਉੱਤੇ ਚੜਾਈ ਜਾ ਤੂੰ ਓਏ ਯਾਰ ਕੀ ਆ ਬੰਦ ਕਰ ਰਮਨ ਪਤਾ ਕੀ ਆ ਸਾਨੂੰ ਨਾ ਸ਼ਰਮਿੰਦਾ ਹੋਣਾ ਪੈਂਦਾ ਹੁਣ ਕੀ ਹੋਇਆ ਮਤਲਬ ਤਾਂ ਕਰਦੇ ਪਏ ਆ ਕਿ ਭਾਜੀ ਦੇ ਹਨਾ ਦੱਸਣਾ ਨਹੀਂ ਚਾਹੀਦਾ ਇਹ ਅੱਛਾ ਮੇਰਾ ਜਲੂਸ ਕੱਢ ਦੋ ਫੜ ਕੇ ਮੇਰੇ ਟੌਪ ਮੈਨੂੰ ਕੁਛ ਲੱਭਣ ਨਹੀਂ ਗਿਆ ਤਾਂ ਹੋਰ ਬੁਰਾ ਹਾਲ ਕਰ ਦੋ ਸਰਪ੍ਰਾਈਜ਼ ਦਿੰਦੇ ਦਿੰਦੇ ਹਾਂਜੀ ਆ ਦੋਨੇ ਭਰਾ ਜੀ ਲੈ ਕਰਦੇ ਕੱਪੜੇ ਹਾਂਜੀ ਕਰਦੇ ਕਰਦੇ ਹਾਂ ਕਰਦੇ ਮਹਿਨਾ ਕਰਦੀ ਹੈ ਮੈਨੇ ਨਾ ਫੋਨ ਤੇ ਲਾ ਲੈਣ ਤੋਂ ਪ੍ਰਭੋ ਉਹ ਨਾ ਸਹੀ ਉਹ ਤਾਂ ਮੈਨੂੰ ਵੇਖ ਇਹ ਵੀਡੀਓ ਅਸੀਂ ਪਤਾ ਕਿਉਂ ਬਣਾਉਣੇ ਪਏ ਦੱਸਾਂ ਇਹੀ ਤਾਂ ਬਣਾਉਣੇ ਪਿਆ ਕਿ ਭਾਜੀ ਨੂੰ ਰਿਐਕਸ਼ਨ ਦਿਖਾਵਾਂਗੇ ਕਿ ਜਦੋਂ ਮਤਲਬ ਭਾਜੀ ਨੂੰ ਵਿਖਾਵਾਂਗੇ ਕਿ ਮਤਲਬ ਜਦੋਂ ਮਤਲਬ ਆਉਣਗੇ ਭਾਜੀ ਆਵੇ ਤਾਂ ਉਹ ਵੀਡੀਓ ਦੀ ਪਈ ਮੈਨੂੰ ਟੈਨਸ਼ਨ ਪਈ ਵੀ ਰੱਛੀ ਜੋੜ ਕੇ ਰੱਖ ਤੇ ਕੰਮ ਸਾਰੇ ਪਾਸ ਹੋ ਗਿਆ ਚੁੰਨੀ ਦੇ ਜਲਦੀ ਚੁੰਨੀ ਆ ਦੇ ਛਾਵੇ ਮੇਰੀ ਗੱਲ ਸੁਣ ਟੋਕਰੀ ਛਾ ਕੱਢ ਦਿੰਦਾ ਇਦਾਂ ਤੂੰ ਇਹ ਨਿਕਾਲੀ ਨਾ ਕਰ ਕੁਛ ਨਹੀਂ ਹੁੰਦਾ ਫਿਰ ਕੀ ਆ ਹਵਾ ਮੇਰੇ ਤਬਾਰ ਉਹ ਉੱਥੋਂ ਤੁਰਨ ਵਾਲੇ ਆ ਯਾਰ ਮੇਰੀ ਗੱਲ ਸੁਣ ਸਰਪ੍ਰਾਈਜ਼ ਕੀ ਹੁੰਦਾ ਇਹ ਵੀ ਦੱਸ ਫਿਰ ਹੈਂ ਉਹਨਾਂ ਨੇ ਕਿਹਾ ਸੀਗਾ ਕਿ ਰਮਨ ਨੂੰ ਨਹੀਂ ਦੱਸ ਤੈਨੂੰ ਖੁਸ਼ੀ ਦੇਣੀ ਚਾਹੀਏ ਹਨਾ ਆ ਰੱਜੀ ਨੂੰ ਪੁੱਛ ਲੋ ਇਹ ਚੱਲ ਮੈਂ ਤੈਨੂੰ ਝੂਠ ਬੋਲ ਸਕਦਾ ਇਹ ਤਾਂ ਨਹੀਂ ਨਾ ਵਿਚਾਰੀ ਭਲਾ ਮਾਸ ਮੈਂ ਠੀਕ ਹਾਂ ਮੈਂ ਠੀਕ ਲੱਗਦੀ ਹਾਂ ਯਾਰ ਵਧੀਆ ਵਾ ਤੂੰ ਆਪਦਾ ਮਿੰਟੋ ਮਿੰਟ ਕਰ ਕੱਪੜੇ ਪੈਕ ਕਰ ਲੋ ਮੈਂ ਫੋਨ ਫੜਾਈ ਮਨ ਸੇ ਜਦੋਂ ਮੇਰੀ ਗੱਲ ਸੁਣ ਭਾਜੀ ਆਏ ਨਾ ਇਹ ਨਾ ਦੱਸੀ ਕਿ ਅਸੀਂ ਦੱਸਿਆ ਤੂੰ ਨੈਚਰ ਜਾ ਨਹੀਂ ਕੀ ਕਰਨ ਲੱਗੀ ਆ ਓਹੋ ਕਿੰਨੂ ਲਾਉਣ ਲੱਗੀ ਆ ਇੱਕ ਮਿੰਟ ਭੈਣੇ ਇੱਕ ਮਿੰਟ ਫੋਨ ਦੇ ਇੱਕ ਮਿੰਟ ਰੁਕ ਮੇਰੀ ਗੱਲ ਸੁਣ
ਇਦਾਂ ਨਾ ਕਰ ਕੁੜੀਏ, ਇਦਾਂ ਨਾ ਕਰ। ਜੇ ਜੇ ਉਹਨੂੰ ਪੁੱਛੇਗੀ ਤਾਂ ਭਾਜੀ ਨੇ ਕਹਿਣਾ ਕਿ ਇਹਨਾਂ ਨੂੰ ਮਤਲਬ ਸਰਪ੍ਰਾਈਜ਼ ਵੀ ਨਹੀਂ ਮਿਲ ਰਿਹਾ ਹੈ ਨਾ, ਮੇਰਾ ਰੱਖਣਾ ਸੀਕ੍ਰੇਟ ਆਉਂਦਾ। ਇੱਦਾਂ ਨਾ ਕਰਿਆ ਕਰ ਕੰਮ। ਮੰਮੀ ਹੁਣਾਂ ਨੇ ਸਭ ਨੂੰ ਸਾਰਿਆਂ ਨੂੰ ਪਤਾ, ਸਾਰੀ ਤਿਆਰੀ ਕੀਤੀ। ਡੈਡੀ ਹੁਣੀ ਸਾਰਾ ਕੁਛ ਲੈਣ ਗਏ ਹੋਏ ਆ ਅਸੀਂ। ਆਹ ਵੇਖ ਮੇਰੀ ਗੱਲ ਸੁਣ, ਡੈਡੀ ਤੇ ਕੋਈ ਕੁੜਤਾ ਆਪਦਾ ਕਿਉਂ ਪ੍ਰੈਸ ਕਰਾਉਂਦਾ ਪਿਆ ਪਤਾ ਦੱਸਾਂ? ਕਿ ਡੈਡੀ ਨੇ ਅਮਲ ਲਾਲੇ ਉਹ ਇਹੋ ਹੀ ਪਾਉਣਾ ਕੁੜਤਾ ਪਿਆ ਕਿ ਡੈਡੀ ਮੈਨੂੰ ਕਹਿੰਦੇ ਸੀਗੇ ਤੈਨੂੰ ਮੇਰੇ ਯਕੀਨ ਨਹੀਂ ਹੈਗਾ ਨਹੀਂ ਚੱਲ, ਇਹ ਵੀ ਦੱਸ ਦੇ ਟੈਚੀ ਲੈ ਕੇ ਕਿੱਧਰ ਚੱਲੀ ਸੀ? ਅੱਛਾ ਤੇਰਾ ਇਰਾਦਾ ਸੀਗਾ ਕਿ ਇੱਧਰ ਰੱਖਦਾ ਨੇੜੇ ਹੈ। ਦੇਖ ਲਾ ਰੱਜੀ ਇੱਕ ਗੱਲ ਹੀ, ਇਹ ਆਪਦੇ ਆਪ ਨੂੰ ਤੇਜ ਸਮਝੀ, ਮਾਰ ਤਾੜੀ। ਇਹ ਆਪਦੇ ਆਪ ਨੂੰ ਕੀ ਸਮਝਦੀ ਹੁੰਦੀ? ਤੇਜ। ਓਹ ਕਿਉਂ ਬਣਾ ਤੇ ਕਿ ਨੀ ਕਮਲੀ? ਹਾਂ ਹੋਰ ਕੀ ਸੀਗਾ, ਏਦਾਂ ਹੀ ਕਮਲੇ ਬਣਾਈਦਾ ਹੁੰਦਾ।